ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਕਰਦਾ ਹਾਂ। ਦੋਸਤੋ, ਅਸੀਂ ਅੱਜ ਦੀ ਇਸ ਵੀਡੀਓ ਵਿੱਚ ਗਵਰਨਮੈਂਟ ਆਫ ਪੰਜਾਬ ਵੱਲੋਂ ਡਾਇਰੈਕਟੋਰੇਟ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਵੱਲੋਂ ਪਬਲਿਕ ਨੋਟਿਸ ਸ਼ੇਅਰ ਕਰਨ ਜਾ ਰਹੇ ਹਾਂ, ਜੋ ਕਿ ਸੰਬੰਧਿਤ ਹੈਗਾ 464 ਮੈਡੀਕਲ ਆਫੀਸਰ ਦੀਆਂ ਅਸਾਮੀਆਂ ਦਾ ਵਾਕ ਇਨ ਇੰਟਰਵਿਊ ਦਾ ਪਬਲਿਕ ਨੋਟਿਸ ਹੈ, ਜਿਸ ਦੀ ਜੋ ਡੇਟ ਹੈ ਸ਼ਡਿਊਲ ਫਿਕਸ ਕੀਤਾ ਗਿਆ ਹੈ 5 ਜੂਨ 2021 ਨੂੰ। ਵਾਕ ਇਨ ਇੰਟਰਵਿਊ ਦਾ ਸ਼ਡਿਊਲ ਜੋ ਹੈ ਫਿਕਸ ਕੀਤਾ ਗਿਆ 5 ਜੂਨ 2021 ਨੂੰ। ਨੈਕਸਟ ਹੈ ਬੇਸਿਕ ਐਂਡ ਪ੍ਰੋਫੈਸ਼ਨਲ ਕੁਆਲੀਫਿਕੇਸ਼ਨ, ਨੰਬਰ ਆਫ ਪੋਸਟ, ਪੇ ਸਕੇਲ ਐਂਡ ਡਿਟੇਲ ਐਜ਼ ਅੰਡਰ। ਸਭ ਤੋਂ ਪਹਿਲਾਂ ਆ ਗਿਆ ਨੇਮ ਆਫ ਦਾ ਪੋਸਟ, ਮੈਡੀਕਲ ਆਫੀਸਰ ਸਪੈਸ਼ਲਿਸਟ। ਨੰਬਰ ਆਫ ਪੋਸਟ ਹੈਗੇ ਜੀ 464, ਔਰ ਇਸਦਾ ਪੇ ਸਕੇਲ ਹੈਗਾ ਜੀ 53,100, ਔਰ ਇਸਦੀ ਬੇਸਿਕ ਐਂਡ ਪ੍ਰੋਫੈਸ਼ਨਲ ਕੁਆਲੀਫਿਕੇਸ਼ਨ ਹੈ MBBS ਡਿਗਰੀ ਐਂਡ ਪੋਸਟ ਗ੍ਰੈਜੂਏਟ ਡਿਗਰੀ ਇਨ ਰਿਕੁਐਸਟ ਦਾ ਸਪੈਸ਼ਲਿਟੀ ਰੈਕੋਗਨਾਈਜ਼ਡ ਬਾਈ ਦਾ ਮੈਡੀਕਲ ਕੌਂਸਲ ਆਫ ਇੰਡੀਆ ਜਾਂ ਰਜਿਸਟਰਡ ਵਿਦ ਦਾ ਪੰਜਾਬ ਮੈਡੀਕਲ ਕੌਂਸਲ ਔਰ ਐਨੀ ਅਦਰ ਡਿਊਲੀ ਕੰਸਟੀਚਿਊਟਿਡ ਮੈਡੀਕਲ ਕੌਂਸਲ ਆਫ ਇੰਡੀਆ। ਸ਼ਡਿਊਲ ਫਾਰ ਵੈਨਿਊ ਆਫ ਇੰਟਰਵਿਊ, ਜਿਸ ਵਿੱਚ ਡੇਟ ਐਂਡ ਟਾਈਮ ਫਾਰ ਦਾ ਇੰਟਰਵਿਊ, ਡੇਟ ਹੈਗੀ ਹੈ 5 ਜੂਨ 2021 ਸੈਚਰਡੇ ਔਰ 10 ਵਜੇ ਤੋਂ ਸਟਾਰਟ ਹੋਏਗੀ। ਉਸ ਤੋਂ ਬਾਅਦ ਆ ਗਿਆ ਨੇਮ ਆਫ ਸਪੈਸ਼ਲਿਟੀ, ਮੈਡੀਕਲ ਅਫਸਰ ਦੀ ਕਿਹਦੇ ਕਿਹਦੇ ਵਿੱਚ ਜਿਹੜੀ ਹੈ ਸਪੈਸ਼ਲਿਟੀ ਹੋਣੀ ਚਾਹੀਦੀ ਹੈ। ਸਭ ਤੋਂ ਪਹਿਲਾਂ ਆ ਗਿਆ ਸਾਡੇ ਕੋਲ ਐਨਸਥੀਸੀਆ, ਐਨਸਥੀਸੀਆ ਜਿਸ ਦੀਆਂ ਅਸਾਮੀਆਂ ਹੈਗੀਆਂ 118। ਉਸ ਤੋਂ ਬਾਅਦ ਹੈ ਮੈਡੀਸਨ, ਮੈਡੀਸਨ ਦੀਆਂ ਅਸਾਮੀਆਂ ਹੈਗੀਆਂ 95। ਉਸ ਤੋਂ ਬਾਅਦ ਹੈ ਰੇਡੀਓਲੋਜੀ, ਇਸ ਦੀਆਂ ਅਸਾਮੀਆਂ ਹੈਗੀਆਂ 25। ਉਸ ਤੋਂ ਬਾਅਦ ਹੈ ਪੀਡੀਆਟ੍ਰਿਕਸ, ਇਸ ਦੀਆਂ ਅਸਾਮੀਆਂ ਹੈਗੀਆਂ 114। ਉਸ ਤੋਂ ਬਾਅਦ ਹੈ ਚੈਸਟ ਐਂਡ TB, ਇਸ ਦੀਆਂ ਅਸਾਮੀਆਂ ਹੈਗੀਆਂ ਜੀ 6। ਉਸ ਤੋਂ ਬਾਅਦ ਹੈ ਗਾਇਨੋਕਲੋਜੀ, ਔਰ ਇਸ ਦੀਆਂ ਅਸਾਮੀਆਂ ਹੈਗੀਆਂ 106। ਜਦੋਂ ਅਸੀਂ ਟੋਟਲ ਕਰਦੇ ਹਾਂ ਇਸਦਾ, ਤਾਂ ਟੋਟਲ ਅਸਾਮੀਆਂ ਬਣ ਜਾਂਦੀਆਂ 464 ਅਸਾਮੀਆਂ ਬਣ ਜਾਂਦੀਆਂ। ਔਰ ਇਸਦਾ ਜੋ ਵੈਨਿਊ ਰੱਖਿਆ, ਪਲੇਸ ਹੈ ਇੰਟਰਵਿਊ ਦਾ, ਡਾਇਰੈਕਟੋਰੇਟ ਹੈਲਥ ਐਂਡ ਫੈਮਿਲੀ ਵੈਲਫੇਅਰ ਪੰਜਾਬ, ਪਰਿਵਾਰ ਕਲਿਆਣ ਭਵਨ, ਸੈਕਟਰ 34A, ਚੰਡੀਗੜ੍ਹ। ਨੈਕਸਟ ਹੈ ਕੈਂਡੀਡੇਟ ਆਲਸੋ ਰਿਕੁਐਸਟਡ ਟੂ ਬਰਿੰਗ ਓਰੀਜਨਲ ਡਾਕੂਮੈਂਟ ਵਿਦ ਦੈਮ ਔਨ ਦਾ ਡੇਟ ਆਫ ਇੰਟਰਵਿਊ ਐਂਡ ਵਾਕ ਇਨ ਦਾ ਕੈਂਡੀਡੇਟ ਕੈਨ ਆਲਸੋ ਕਮ। ਨੈਕਸਟ ਜੋ ਉਸਦੀ ਫੀਸ ਡਿਪੋਜ਼ਿਟ ਕਰਾਉਣੀ ਹੈ, 1000 ਫੀਸ ਹੈ ਫਾਰ ਜਨਰਲ ਕੈਟਾਗਰੀ ਦੀ, ਔਰ 600 ਫੀਸ ਹੈਗੀ ਹੈ ਸ਼ਡਿਊਲ ਕਾਸਟ ਐਂਡ ਬੈਕਵਰਡ ਕਲਾਸ ਥਰੂ ਦਾ ਡਿਮਾਂਡ ਡਰਾਫਟ ਇਨ ਦੀ ਫੇਵਰ ਆਫ ਸਟੇਟ ਹੈਲਥ ਸੁਸਾਇਟੀ ਪੰਜਾਬ, ਪੇ ਬਲੈਟ, ਚੰਡੀਗੜ੍ਹ। ਨੈਕਸਟ ਹੈਗੇ ਕ੍ਰਾਈਟੀਰੀਆ ਫਾਰ ਦਾ ਸਿਲੈਕਸ਼ਨ, ਜੋ ਇਸਦਾ ਕ੍ਰਾਈਟੀਰੀਆ ਹੋਏਗਾ, ਅਕੈਡਮਿਕ ਕੁਆਲੀਫਿਕੇਸ਼ਨ ਦੀ 50% ਵੇਟੇਜ ਹੋਏਗੀ ਔਰ 50% ਵੇਟੇਜ ਹੋਏਗੀ ਇੰਟਰਵਿਊ ਦੀ, ਯਾਨੀ ਕਿ 50% ਕੁਆਲੀਫਿਕੇਸ਼ਨ ਦੀ ਵੇਟੇਜ ਔਰ 50% ਤੁਹਾਡੇ ਇੰਟਰਵਿਊ ਦੀ ਵੇਟੇਜ ਹੋਏਗੀ। ਇਹ ਤੁਸੀਂ ਸਕਰੀਨ ਦੇ ਦਿਖ ਸਕਦੇ ਹੋ, ਜਿਹੜੀ ਤੁਹਾਡੇ ਮੈਕਸੀਮਮ ਮਾਰਕਸ ਹੈ, ਕਿਸ ਤਰ੍ਹਾਂ ਜਿਹੜੀ ਤੁਹਾਡੀ ਵੇਟੇਜ ਨਿਕਾਲੀ ਜਾਏਗੀ ਐਕਸਪੀਰੀਅੰਸ ਦੇ ਅਕੋਰਡਿੰਗ। ਨੈਕਸਟ ਹੈ ਕੈਂਡੀਡੇਟ ਹੂ ਸਕਿਓਰ 50% ਔਰ ਮੋਰ ਮਾਰਕਸ ਇਨ ਈਚ ਅਕੈਡਮਿਕ ਕੁਆਲੀਫਿਕੇਸ਼ਨ ਐਂਡ ਇੰਟਰਵਿਊ, ਤੋ ਵਿਲ ਬੀ ਇਲੀਜੀਬਲ ਫਾਰ ਦਾ ਫਾਈਨਲ ਸਿਲੈਕਸ਼ਨ ਉਹ। ਨੈਕਸਟ ਹੈ ਕੈਂਡੀਡੇਟ ਦੀ ਏਜ ਜਿਹੜੀ ਆ 18 ਸਾਲ ਤੋਂ ਲੈ ਕੇ 37 ਸਾਲ ਤੱਕ ਹੋਏਗੀ, ਔਰ SC ਅਤੇ BC ਕੈਂਡੀਡੇਟ ਨੂੰ 5 ਸਾਲ ਦੀ ਛੂਟ ਹੋਏਗੀ, ਫਿਜ਼ੀਕਲ ਹੈਂਡੀਕੈਪਡ ਕੈਂਡੀਡੇਟ ਨੂੰ 10 ਸਾਲ ਦੀ। ਨੈਕਸਟ ਇੰਪੋਰਟੈਂਟ ਪੁਆਇੰਟ ਹੈ ਕਿ ਆਲ ਦਾ ਕੈਂਡੀਡੇਟ ਟੂ ਬਰਿੰਗ ਦੇਅਰ ਆਲ ਓਰੀਜਨਲ ਸਰਟੀਫਿਕੇਟ ਐਜ਼ ਦਾ ਟਾਈਮ ਆਫ ਇੰਟਰਵਿਊ, ਵਿਦਆਊਟ ਵਿੱਚ ਸੱਚ ਕੈਂਡੀਡੇਟ ਵਿਲ ਨਾਟ ਬੀ ਇੰਟਰਵਿਊਡ। ਅਗਰ ਸਰਟੀਫਿਕੇਟ ਓਰੀਜਨਲ ਨਹੀਂ ਲੈ ਕੇ ਆਉਣਗੇ, ਉਹਨਾਂ ਦੀ ਇੰਟਰਵਿਊ ਕੰਡਕਟ ਨਹੀਂ ਕਰਵਾਈ ਜਾਏਗੀ। ਨੋ TA/DA ਵਿਲ ਬੀ ਪੇਡ ਫਾਰ ਦਾ ਜਰਨੀ ਪਰਫੋਰਮਡ ਫਾਰ ਦਾ ਇੰਟਰਵਿਊ ਐਕਸੈਕਟਰਾ। ਤੋ ਕੈਂਡੀਡੇਟ ਇਹ ਵਾਲਾ ਪਰਫੋਰਮਾ ਵੈਬਸਾਈਟ ਤੋਂ ਡਾਊਨਲੋਡ ਕਰਕੇ 1/6/2021 ਤੋਂ ਪਹਿਲਾਂ
ये परफॉर्मा तुसीं सेंड करना है। एप्लीकेशन फॉर मेडिकल ऑफिसर लास्ट डेट यदि हैगी है जी 1 जून 2021, जिस दे विच तुहाडा आ जाएगा नेम ऑफ कैंडीडेट, फादर नेम, डेट ऑफ बर्थ, परमानेंट एड्रेस, क्वालिफिकेशन या बिलोंग टू SC BC ECM पंजाबी पास अप टू मैट्रिक लैवल। उस तो बाद थोड़ी क्वालिफिकेशन की डिटेल आ जाएगी और नैक्सट थोड़ा आ जाएगा MD MS एंड DNB की क्वालिफिकेशन और थोड़ा रजिस्ट्रेशन नंबर, थोड़ा एक्सपीरियंस, तो ये सारा तुसी फिल करके ऑल द फोटोकॉपी ऑफ रेवलेंट सर्टिफिकेट ड्यूली टेस्टेड टू बी अटैच्ड अलोंग द इंटर्नशिप कंप्लीशन सर्टिफिकेट तुसी नाल सेंड करोगे। तो फ्रेंड्स अगर तुहानू वीडियो अच्छी लगी है वीडियो लाइक और शेयर जरूर करना, अगर तुसी इस चैनल दे नवे हो तो चैनल नू सबसक्राइब करना। धन्यवाद। जय हिंद।